ਸਾਡੀ ਸਾਰੀ ਟੀਮ ਦਾ, ਮੇਰੇ ਸਾਥੀ ਐਮਐਲਏ ਸਾਹਿਬਾਨ ਦਾ, ਸਾਡੇ ਮੰਤਰੀ ਸਾਹਿਬਾਨ ਦਾ, ਸਾਡੇ ਸਾਰੇ ਚੇਅਰਮੈਨ, ਸਾਰੇ ਵਰਕਰ ਜਿਨ੍ਹਾਂ ਨੇ ਭਗਵੰਤ ਮਾਨ ਜੀ ਦੀ ਅਗਵਾਈ ਚ ਬਹੁਤ ਮਿਹਨਤ ਕੀਤੀ, ਦਿਨ ਰਾਤ ਕੀਤੀ। ਤੇ ਮੈਂ ਪਹਿਲਾਂ ਵੀ ਕਹਿੰਦਾ ਸੀ ਕਿ ਸਾਡੇ ਵਰਕਰਾਂ ਨੇ ਜਿਹੜੀ ਇਲੈਕਸ਼ਨ ਹੈ ਸਰਪੰਚੀ ਵਾਂਗੂ ਲੜਨੀ ਹੈ, ਤੇ ਉਸੇ ਤਰ੍ਹਾਂ ਲੜੀ ਤੇ ਜਿਹਦਾ ਰਿਜ਼ਲਟ ਤੁਹਾਡੇ ਸਾਹਮਣੇ ਹੈ। ਤੇ ਮੈਂ ਸਾਰੇ ਜਿੱਥੇ ਵੋਟਰਾਂ ਦਾ ਧੰਨਵਾਦ ਕਰਦਾ, ਉੱਥੇ ਮੈਂ ਵਿਸ਼ਵਾਸ ਦਿਵਾਉਣਾ ਕਿ ਮੈਂ ਆਪਣੇ ਵੱਲੋਂ ਪਹਿਲਾਂ ਵੀ, ਚਾਹੇ ਮੈਂ ਐਮਐਲਏ ਰਿਹਾ, ਮੰਤਰੀ ਰਿਹਾ, ਮਿਹਨਤ ਕੀਤੀ ਹੈ ਤੇ ਹਮੇਸ਼ਾ ਕੋਸ਼ਿਸ਼ ਕੀਤੀ ਹੈ ਕਿ ਲੋਕਾਂ ਦੀਆਂ ਉਮੀਦਾਂ ਤੇ ਖਰਾ ਉਤਰ ਸਕਾਂ। ਤੇ ਅੱਜ ਵੀ ਮੈਂ ਸਾਰਿਆਂ ਨਾਲ ਵਾਅਦਾ ਕਰਦਾ ਕਿ ਮੈਂ ਲੋਕਾਂ ਦੀਆਂ ਉਮੀਦਾਂ ਤੇ, ਜਿਹੜੀਆਂ ਉਮੀਦਾਂ ਰੱਖ ਕੇ ਮੈਨੂੰ ਵੋਟਾਂ ਪਾਈਆਂ, ਮੈਂ ਉਹਨਾਂ ਤੇ ਖਰਾ ਉਤਰਨ ਦੀ ਕੋਸ਼ਿਸ਼। ਜਦੋਂ ਤੋਂ ਸਵੇਰ ਦੇ ਰੁਝਾਨ ਆਏ ਨੇ, ਲਗਾਤਾਰ ਲੀਡ ਚੱਲ ਰਹੀ ਆ। ਦੇਖੋ ਮੈਂ ਤਾਂ ਪਹਿਲਾਂ ਵੀ ਕਿਹਾ ਸੀਗਾ ਵੀ ਭਾਈ ਇੱਕ ਪਾਸੜ ਜਿੱਤ ਆ ਜਿਹੜੀ ਸੰਗਰੂਰ ਤੋਂ ਆਮ ਆਦਮੀ ਪਾਰਟੀ ਜਿਹੜੀ ਆ ਦਰਜ ਕਰੂਗੀ। ਬੜਿਆਂ ਨੂੰ ਵਹਿਮ ਸੀ, ਇਹ ਕਿਹਾ ਸੀ ਭਾਈ ਜਿਨ੍ਹਾਂ ਨੂੰ ਵਹਿਮ ਹੈ ਨਹੀਂ ਵੋਟਿੰਗ ਵਾਲੇ ਦਿਨ ਨਿਕਲ ਜਾਣਗੇ, ਜਿਨ੍ਹਾਂ ਨੇ ਉਦਣ ਵੀ ਨਿਕਲੇ, ਕਿਹਾ ਸੀ ਭਾਈ 4 ਤਰੀਕ ਨੂੰ ਕੱਢ ਦਾਂਗੇ। ਤੇ ਸੰਗਰੂਰ ਦੇ ਲੋਕਾਂ ਨੇ ਸਾਰਿਆਂ ਦੇ ਵਹਿਮ ਕੱਢਤੇ ਤੇ ਜਿਹੜਾ ਸੰਗਰੂਰ ਦਾ ਮੁੰਡਾ ਸੀ, ਇੱਥੋਂ ਦਾ ਜੰਮਿਆ ਪਲਿਆ, ਇੱਥੇ ਵੱਡਾ ਹੋਇਆ ਤੇ ਜਿਹਨੂੰ ਇੱਥੋਂ ਦੇ ਲੋਕਾਂ ਨੇ ਪਰਖਿਆ ਹੋਇਆ ਸੀ, ਤੇ ਲੋਕਾਂ ਨੇ ਦੁਬਾਰਾ ਫਿਰ ਕਹਿ ਲਓ ਵੀ ਆਪਣੇ ਇਲਾਕੇ ਦਾ ਜਿਹੜਾ ਮੁੰਡਾ ਜਿਤਾਇਆ। ਸਾਡੀ ਸਾਰੀ ਟੀਮ ਦਾ, ਮੇਰੇ ਸਾਥੀ ਐਮਐਲਏ ਸਾਹਿਬਾਨ ਦਾ, ਸਾਡੇ ਮੰਤਰੀ ਸਾਹਿਬਾਨ ਦਾ, ਸਾਡੇ ਸਾਰੇ ਚੇਅਰਮੈਨ, ਸਾਰੇ ਵਰਕਰ ਜਿਨ੍ਹਾਂ ਨੇ ਭਗਵੰਤ ਮਾਨ ਜੀ ਦੀ ਅਗਵਾਈ ਚ ਬਹੁਤ ਮਿਹਨਤ ਕੀਤੀ, ਦਿਨ ਰਾਤ ਕੀਤੀ। ਤੇ ਮੈਂ ਪਹਿਲਾਂ ਵੀ ਕਹਿੰਦਾ ਸੀ ਕਿ ਸਾਡੇ ਵਰਕਰਾਂ ਨੇ ਜਿਹੜੀ ਇਲੈਕਸ਼ਨ ਹੈ ਸਰਪੰਚੀ ਵਾਂਗੂ ਲੜਨੀ ਹੈ, ਤੇ ਉਸੇ ਤਰ੍ਹਾਂ ਲੜੀ ਤੇ ਜਿਹਦਾ ਰਿਜ਼ਲਟ ਤੁਹਾਡੇ ਸਾਹਮਣੇ ਹੈ। ਤੇ ਮੈਂ ਸਾਰੇ ਜਿੱਥੇ ਵੋਟਰਾਂ ਦਾ ਧੰਨਵਾਦ ਕਰਦਾ, ਉੱਥੇ ਮੈਂ ਵਿਸ਼ਵਾਸ ਦਿਵਾਉਣਾ ਕਿ ਮੈਂ ਆਪਣੇ ਵੱਲੋਂ ਪਹਿਲਾਂ ਵੀ, ਚਾਹੇ ਮੈਂ ਐਮਐਲਏ ਰਿਹਾ, ਮੰਤਰੀ ਰਿਹਾ, ਮਿਹਨਤ ਕੀਤੀ ਹੈ ਤੇ ਹਮੇਸ਼ਾ ਕੋਸ਼ਿਸ਼ ਕੀਤੀ ਹੈ ਕਿ ਲੋਕਾਂ ਦੀਆਂ ਉਮੀਦਾਂ ਤੇ ਖਰਾ ਉਤਰ ਸਕਾਂ। ਤੇ ਅੱਜ ਵੀ ਮੈਂ ਸਾਰਿਆਂ ਨਾਲ ਵਾਅਦਾ ਕਰਦਾ ਕਿ ਮੈਂ ਲੋਕਾਂ ਦੀਆਂ ਉਮੀਦਾਂ ਤੇ, ਜਿਹੜੀਆਂ ਉਮੀਦਾਂ ਰੱਖ ਕੇ ਮੈਨੂੰ ਵੋਟਾਂ ਪਾਈਆਂ, ਮੈਂ ਉਹਨਾਂ ਤੇ ਖਰਾ ਉਤਰਨ ਦੀ ਕੋਸ਼ਿਸ਼। ਜਦੋਂ ਤੋਂ ਸਵੇਰ ਦੇ ਰੁਝਾਨ ਆਏ ਨੇ, ਲਗਾਤਾਰ ਲੀਡ ਚੱਲ ਰਹੀ ਆ। ਦੇਖੋ ਮੈਂ ਤਾਂ ਪਹਿਲਾਂ ਵੀ ਕਿਹਾ ਸੀਗਾ ਵੀ ਭਾਈ ਇੱਕ ਪਾਸੜ ਜਿੱਤ ਆ ਜਿਹੜੀ ਸੰਗਰੂਰ ਤੋਂ ਆਮ ਆਦਮੀ ਪਾਰਟੀ ਜਿਹੜੀ ਆ ਦਰਜ ਕਰੂਗੀ। ਬੜਿਆਂ ਨੂੰ ਵਹਿਮ ਸੀ, ਇਹ ਕਿਹਾ ਸੀ ਭਾਈ ਜਿਨ੍ਹਾਂ ਨੂੰ ਵਹਿਮ ਹੈ ਨਹੀਂ ਵੋਟਿੰਗ ਵਾਲੇ ਦਿਨ ਨਿਕਲ ਜਾਣਗੇ, ਜਿਨ੍ਹਾਂ ਨੇ ਉਦਣ ਵੀ ਨਿਕਲੇ, ਕਿਹਾ ਸੀ ਭਾਈ 4 ਤਰੀਕ ਨੂੰ ਕੱਢ ਦਾਂਗੇ। ਤੇ ਸੰਗਰੂਰ ਦੇ ਲੋਕਾਂ ਨੇ ਸਾਰਿਆਂ ਦੇ ਵਹਿਮ ਕੱਢਤੇ ਤੇ ਜਿਹੜਾ ਸੰਗਰੂਰ ਦਾ ਮੁੰਡਾ ਸੀ, ਇੱਥੋਂ ਦਾ ਜੰਮਿਆ ਪਲਿਆ, ਇੱਥੇ ਵੱਡਾ ਹੋਇਆ ਤੇ ਜਿਹਨੂੰ ਇੱਥੋਂ ਦੇ ਲੋਕਾਂ ਨੇ ਪਰਖਿਆ ਹੋਇਆ ਸੀ, ਤੇ ਲੋਕਾਂ ਨੇ ਦੁਬਾਰਾ ਫਿਰ ਕਹਿ ਲਓ ਵੀ ਆਪਣੇ ਇਲਾਕੇ ਦਾ ਜਿਹੜਾ ਮੁੰਡਾ ਜਿਤਾਇਆ। ਸਾਡੀ ਸਾਰੀ ਟੀਮ ਦਾ, ਮੇਰੇ ਸਾਥੀ ਐਮਐਲਏ ਸਾਹਿਬਾਨ ਦਾ, ਸਾਡੇ ਮੰਤਰੀ ਸਾਹਿਬਾਨ ਦਾ, ਸਾਡੇ ਸਾਰੇ ਚੇਅਰਮੈਨ, ਸਾਰੇ ਵਰਕਰ ਜਿਨ੍ਹਾਂ ਨੇ ਭਗਵੰਤ ਮਾਨ ਜੀ ਦੀ ਅਗਵਾਈ ਚ ਬਹੁਤ ਮਿਹਨਤ ਕੀਤੀ, ਦਿਨ ਰਾਤ ਕੀਤੀ। ਤੇ ਮੈਂ ਪਹਿਲਾਂ ਵੀ ਕਹਿੰਦਾ ਸੀ ਕਿ ਸਾਡੇ ਵਰਕਰਾਂ ਨੇ ਜਿਹੜੀ ਇਲੈਕਸ਼ਨ ਹੈ ਸਰਪੰਚੀ ਵਾਂਗੂ ਲੜਨੀ ਹੈ, ਤੇ ਉਸੇ ਤਰ੍ਹਾਂ ਲੜੀ ਤੇ ਜਿਹਦਾ ਰਿਜ਼ਲਟ ਤੁਹਾਡੇ ਸਾਹਮਣੇ ਹੈ। ਤੇ ਮੈਂ ਸਾਰੇ ਜਿੱਥੇ ਵੋਟਰਾਂ ਦਾ ਧੰਨਵਾਦ ਕਰਦਾ, ਉੱਥੇ ਮੈਂ ਵਿਸ਼ਵਾਸ ਦਿਵਾਉਣਾ ਕਿ ਮੈਂ ਆਪਣੇ ਵੱਲੋਂ ਪਹਿਲਾਂ ਵੀ, ਚਾਹੇ ਮੈਂ ਐਮਐਲਏ ਰਿਹਾ, ਮੰਤਰੀ ਰਿਹਾ, ਮਿਹਨਤ ਕੀਤੀ ਹੈ ਤੇ ਹਮੇਸ਼ਾ ਕੋਸ਼ਿਸ਼ ਕੀਤੀ ਹੈ ਕਿ ਲੋਕਾਂ ਦੀਆਂ ਉਮੀਦਾਂ ਤੇ ਖਰਾ ਉਤਰ ਸਕਾਂ। ਤੇ ਅੱਜ ਵੀ ਮੈਂ ਸਾਰਿਆਂ ਨਾਲ ਵਾਅਦਾ ਕਰਦਾ ਕਿ ਮੈਂ ਲੋਕਾਂ ਦੀਆਂ ਉਮੀਦਾਂ ਤੇ, ਜਿਹੜੀਆਂ ਉਮੀਦਾਂ ਰੱਖ ਕੇ ਮੈਨੂੰ ਵੋਟਾਂ ਪਾਈਆਂ, ਮੈਂ ਉਹਨਾਂ ਤੇ ਖਰਾ ਉਤਰਨ ਦੀ ਕੋਸ਼ਿਸ਼। ਜਦੋਂ ਤੋਂ ਸਵੇਰ ਦੇ ਰੁਝਾਨ ਆਏ ਨੇ, ਲਗਾਤਾਰ ਲੀਡ ਚੱਲ ਰਹੀ ਆ। ਦੇਖੋ ਮੈਂ ਤਾਂ ਪਹਿਲਾਂ ਵੀ ਕਿਹਾ ਸੀਗਾ ਵੀ ਭਾਈ ਇੱਕ ਪਾਸੜ ਜਿੱਤ ਆ ਜਿਹੜੀ ਸੰਗਰੂਰ ਤੋਂ ਆਮ ਆਦਮੀ ਪਾਰਟੀ ਜਿਹੜੀ ਆ ਦਰਜ ਕਰੂਗੀ। ਬੜਿਆਂ ਨੂੰ ਵਹਿਮ ਸੀ, ਇਹ ਕਿਹਾ ਸੀ ਭਾਈ ਜਿਨ੍ਹਾਂ ਨੂੰ ਵਹਿਮ ਹੈ ਨਹੀਂ ਵੋਟਿੰਗ ਵਾਲੇ ਦਿਨ ਨਿਕਲ ਜਾਣਗੇ, ਜਿਨ੍ਹਾਂ ਨੇ ਉਦਣ ਵੀ ਨਿਕਲੇ, ਕਿਹਾ ਸੀ ਭਾਈ 4 ਤਰੀਕ ਨੂੰ ਕੱਢ ਦਾਂਗੇ। ਤੇ ਸੰਗਰੂਰ ਦੇ ਲੋਕਾਂ ਨੇ ਸਾਰਿਆਂ ਦੇ ਵਹਿਮ ਕੱਢਤੇ ਤੇ ਜਿਹੜਾ ਸੰਗਰੂਰ ਦਾ ਮੁੰਡਾ ਸੀ, ਇੱਥੋਂ ਦਾ ਜੰਮਿਆ ਪਲਿਆ, ਇੱਥੇ ਵੱਡਾ ਹੋਇਆ ਤੇ ਜਿਹਨੂੰ ਇੱਥੋਂ ਦੇ ਲੋਕਾਂ ਨੇ ਪਰਖਿਆ ਹੋਇਆ ਸੀ, ਤੇ ਲੋਕਾਂ ਨੇ ਦੁਬਾਰਾ ਫਿਰ ਕਹਿ ਲਓ ਵੀ ਆਪਣੇ ਇਲਾਕੇ ਦਾ ਜਿਹੜਾ ਮੁੰਡਾ ਜਿਤਾਇਆ।